ਸਹਾਇਤਾ ਦੇ ਲਈ ਕਿ ਹੋਰ ਉਹਨਾਂ ਦਾ ਕੰਮ ਜਿਹੜਾ ਹੈਗਾ ਐਕਸਪੀਡੈਟ ਹੋਵੇ, ਹੋਰ ਉਹਨਾਂ ਦਾ ਕੰਮ ਤਕੜਾ ਹੋਵੇ, ਤੇ ਇਸ ਲਈ ਇਹ ਸਕੁਐਡ ਜਿਹੜਾ ਅਸੀਂ ਸ਼ਾਮਿਲ ਕਰ ਰਹੇ ਹਾਂ। ਅੱਛਾ ਚੀਮਾ ਸਾਹਿਬ, ਇੱਕ ਪਿਛਲੇ ਦਿਨਾਂ ਦੇ ਵਿੱਚ ਹੋਰ ਬੜਾ ਇਸ਼ੂ ਚੱਲਿਆ, ਵਿਰੋਧੀਆਂ ਨੇ ਵੀ ਇਸ਼ੂ ਚੱਕਿਆ, ਤੁਸੀਂ ਜਿਹੜਾ ਕਿਹਾ ਕਿ ਅਸੀਂ ਰੈਵੇਨਿਊ ਵਧਾ ਲਿਆ, ਅਸੀਂ ਗਰੰਟੀ ਪੂਰੀ ਕਰ ਰਹੇ ਹਾਂ, ਪਰ ਨਾਲ ਦੀ ਨਾਲ ਇਸ਼ੂ ਪੈਰਲਲ ਚੱਲ ਰਿਹਾ ਕਰਜ਼ੇ ਦਾ, ਕਿ ਸਰਕਾਰ ਕਰਜ਼ਾ ਵੱਧ ਚੱਕ ਰਹੀ ਹੈ ਔਰ ਇਸ ਕਰਕੇ ਕਰਜ਼ੇ ਨਾਲ ਆਪਣੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ। ਕਹਿੰਦੇ 50,000 ਕਰੋੜ ਦੇ ਕਰੀਬ ਦਾ ਕਰਜ਼ਾ ਜਿਹੜਾ ਉਹ ਪਿਛਲੇ 2 ਸਾਲ 'ਚ ਚੱਕ ਲਿਆ। ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਸੀ ਤਾਂ ਉਹਨਾਂ ਨੇ ਸਰਕਾਰ ਬਗੈਰ ਕਰਜ਼ਾ ਲੈ ਚਲਾਈ ਸੀ, ਤਾਂ ਉਹਨਾਂ ਨੇ ਸਰਕਾਰ ਕੰਪੇਅਰ ਕਰਦੇ ਆ ਕਿ ਅਸੀਂ ਇੰਨਾ ਲਿਆ ਸੀ 5 ਸਾਲਾਂ 'ਚ, ਇਹਨਾਂ ਨੇ 2 ਸਾਲ 'ਚ ਇੰਨਾ ਲਿਆ। ਮੈਂ ਦੱਸ ਰਿਹਾ ਤਾਂ ਉਦੋਂ ਲਗਭਗ 2 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਦੇ ਸਮੇਂ ਜੀ 1 ਲੱਖ ਕਰੋੜ ਦਾ ਕਰਜ਼ਾ ਲਾਸਟ, ਜਦੋਂ ਕੋਵਿਡ ਦਾ ਪੀਰੀਅਡ ਵੀ ਆਇਆ ਪੰਜਾਬ ਦੇ ਅੰਦਰ, ਜਦੋਂ ਲਗਭਗ ਸਾਰਾ ਕਾਰੋਬਾਰ ਬੰਦ ਹੋ ਗਿਆ ਸੀ ਔਰ ਲੋਕਾਂ ਦੇ ਮੈਂ ਸਮਝਦਾ ਸਾਰੀਆਂ ਕੰਜਮਪਸ਼ਨ ਜਿਹੜੀਆਂ ਗੌਰਮੈਂਟ ਦੇ ਕਾਫੀ ਡਾਊਨ ਆ ਗਈਆਂ ਸੀ, ਉਸ ਸਮੇਂ ਪੁਰਾਣੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ 1 ਲੱਖ ਕਰੋੜ ਦਾ ਕਰਜ਼ਾ ਐਡ ਹੋਣ ਹੋਇਆ, 1 ਲੱਖ ਕਰੋੜ ਦਾ ਕਰਜ਼ਾ ਵਧਿਆ। ਸੋ ਹੁਣ 3 ਲੱਖ ਕਰੋੜ ਦਾ ਕਰਜ਼ਾ ਹੈਗਾ, ਉਸ ਕਰਜ਼ੇ ਨੂੰ ਮੋੜਨ ਦੇ ਲਈ ਔਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਔਰ ਲੋਕਾਂ ਨਾਲ ਜਿਹੜੀ ਮੈਂ ਸਮਝਦਾ ਗਾ ਜਿਹੜੀਆਂ ਆਲਰੇਡੀ ਕਮਿਟਡ ਲਾਇਬਿਲਟੀਜ਼ ਨੇਗੀਆਂ, ਜੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇਵਾਂਗੇ ਜਾਂ ਫੋਰਸਸ ਨੂੰ ਤਨਖਾਹ ਨਹੀਂ ਦੇਵਾਂਗੇ ਜਾਂ ਹਸਪੀਟਲ ਦੇ ਅੰਦਰ ਲੋਕਾਂ ਨੂੰ ਮਰਨ ਲਈ ਏਦਾਂ ਹੀ ਬੈੱਡਾਂ 'ਤੇ ਛੱਡ ਦੇਵਾਂਗੇ ਤਾਂ ਫਿਰ ਸਰਕਾਰ ਥੋੜ੍ਹੀ ਹੁੰਦੀ ਹੈ। ਸੋ ਬਿਲਕੁਲ ਉਹ ਜਿਹੜਾ ਪੁਰਾਣਾ ਕਰਜ਼ਾ ਗਾ, ਉਸ ਕਰਜ਼ੇ ਦੀ ਜਿਹੜੀ ਜਿਹੜਾ ਵਿਆਜ ਆ ਉਹ ਵੱਡਾ ਗਾ, ਉਸ ਕਰਜ਼ੇ ਦੀ ਕਿਸ ਜਿਹੜੀ ਉਹ ਵੱਡੀ ਹੈਗੀ, ਉਹਨੂੰ ਲੈਣ ਦੇ ਲਈ ਵੀ ਸਾਨੂੰ ਕਿਤੇ ਨਾ ਕਿਤੇ ਕਰਜ਼ਾ ਲੈਣਾ ਪੈ ਰਿਹਾ। ਪਰ ਲੇਕਿਨ ਫਿਰ ਵੀ ਇਹਨਾਂ ਦੀਆਂ ਸਰਕਾਰਾਂ ਨਾਲੋਂ ਕਿਤੇ ਘੱਟ ਹੈਗਾ ਔਰ ਲਗਾਤਾਰ ਅਸੀਂ ਉਹਨੂੰ ਡਿਕਲਾਈਨ ਕਰ ਰਹੇ ਹਾਂ। ਅਸੀਂ ਆਪਦੀ ਆਮਦਨ ਦੇ ਸਾਧਨ ਵਧਾ ਰਹੇ ਹਾਂਗੇ। ਦੇਖੋ ਜੇ 4,000 ਕਰੋੜ ਰੁਪਈਆ ਇਕੱਲਾ ਐਕਸਾਈਜ਼ 'ਚ ਵੱਧ ਗਿਆ ਔਰ 4,000 ਐਕਸਾਈਜ਼ 'ਚ ਵੱਧ ਗਿਆ ਔਰ ਇਸੇ ਤਰੀਕੇ ਦੇ ਨਾਲ ਘੱਟੋ ਘੱਟ 3,500 ਕਰੋੜ ਰੁਪਏ ਤੋਂ ਉੱਪਰ GST 'ਚ, 1 ਸਾਲ ਦੀ ਮੈਂ ਗੱਲ ਕਰ ਰਿਹਾ, ਠੀਕ ਹੈ, 1 ਸਾਲ 'ਚ ਉਹਦਾ ਵਧਾ ਤਾ। ਨੋਨ ਰੈਵਨਿਊ ਰਸੀਟਸ ਬਹੁਤ ਵੱਧ, ਅਸੀਂ ਲਗਾਤਾਰ ਵਧਾਉਣ ਲੱਗਿਆਂਗੇ ਲਗਾਤਾਰ ਜਿਹੜਾ, ਔਰ ਦੂਸਰਾ ਖਰਚੇ ਜਿਹੜੇ ਨੇ ਉਹ ਘਟਾ ਰਹੇ ਜੀ। ਅਸੀਂ ਜਿਹੜੇ ਸਾਡੇ ਵਿਧਾਇਕ 1 ਵਾਰ ਚੁਣੇ ਨੇ ਜਾਂ 9 ਵਾਰ ਚੁਣੇ ਨੇ ਤਾਂ ਉਹਨਾਂ ਦੀ ਇੱਕ ਪੈਨਸ਼ਨ ਕੱਟ ਕੇ 18 ਕਰੋੜ ਰੁਪਏ ਬਚਾ ਲਿਆ, 18 ਜਾਂ 20 ਕਰੋੜ ਰੁਪਏ ਬਚਿਆ, ਤਾਂ ਇਹ ਖਰਚੇ ਵੀ ਤਾਂ ਘਟਾ ਰਹੇ ਹਾਂ, ਅਸੀਂ ਖਰਚੇ ਵੀ ਘਟਾ ਰਹੇ ਹਾਂ ਰੈਵਨਿਊ ਵਧਾ ਰਹੇ ਹਾਂਗੇ। ਸੋ ਬਿਲਕੁਲ ਇਹ ਜਿਹੜਾ ਲੋਨ ਆ ਉਹਦੇ ਲਈ ਸਾਨੂੰ ਕਰਜ਼ਾ ਲੈਣਾ ਪੈ ਰਿਹਾ, ਪਰ ਲੇਕਿਨ ਇਹਨਾਂ ਨਾਲੋਂ ਕਿਤੇ ਘੱਟ ਹੋ ਰਿਹਾ ਗਾ। ਸੋ ਇਹਨਾਂ ਨੇ ਤਾਂ ਕੋਈ ਆਪਦੀ ਵਾਅਦਾ ਵੀ ਨਹੀਂ ਪੂਰਾ ਕੀਤਾ। ਜਿੰਨੇ ਵਾਅਦੇ ਕਰਕੇ ਆਏ ਸੀ ਕੈਪਟਨ ਸਾਹਿਬ ਉਹਨਾਂ 'ਚ ਇੱਕ ਵੀ ਵਾਅਦਾ ਪੂਰਾ ਕੀਤਾ? ਜਿੰਨੇ ਵਾਅਦੇ ਕਾਂਗਰਸ ਪਾਰਟੀ ਕਰਕੇ ਆਈ ਸੀ ਕਿ ਵੀ ਵਾਅਦਾ ਪੰਜਾਬ 'ਚ ਪੂਰਾ ਕੀਤਾ? ਖਜ਼ਾਨੇ ਦੀ ਹਾਲਤ ਕੀ ਹੈ ਇਸ ਵੇਲੇ? ਇਸ ਵੇਲੇ ਖਜ਼ਾਨੇ ਦੀ ਕੀ ਹਾਲਤ ਹੈ? ਮੈਨੂੰ ਕੰਪਲੀਟ ਕਰਨ ਦੇ, ਮੈਨੂੰ ਗੱਲ ਦੱਸੋ। ਕਾਂਗਰਸ ਪਾਰਟੀ ਦਾ ਵਾਅਦਾ ਸੀ ਕਿ ਪੰਜਾਬ ਦੇ ਕਿਸਾਨ ਦਾ ਕਰਜ਼ਾ ਮਾਫ ਹੋਊਗਾ, 4,700 ਕਰੋੜ ਰੁਪਏ ਕਰਜ਼ਾ, ਮੈਂ ਪੂਰੀ ਐਗਜੈਕਟ ਫਿਗਰ ਦੇ ਰਿਹਾ, ਮਾਫ ਕੀਤਾ ਔਰ 10,000 ਕਰੋੜ ਦਾ ਕਰਜ਼ਾ ਲੈ ਲਿਆ। ਰੈਵਨਿਊ ਤਾਂ ਵਧਾਇਆ ਨਹੀਂ ਨਾ, ਜੇ ਤਾਂ ਰੈਵਨਿਊ ਵਧਾ ਕੇ ਕਰਦੇ, 10,000 ਕਰੋੜ ਦਾ ਕਰਜ਼ਾ ਲੈ ਕੇ 4,700 ਕਰੋੜ ਦਾ ਮਾਫ ਕੀਤਾ, ਜਦਕਿ ਕਿਸਾਨ 'ਤੇ ਕਰਜ਼ਾ ਜਿਹੜਾ ਸੀਗਾ ਜਦੋਂ ਇਹਨਾਂ ਦੇ ਸਰਕਾਰ 'ਚ ਜਾ ਰਹੇ ਸੀਗੇ, ਜਦੋਂ ਇਲੈਕਸ਼ਨ ਮੋਡ 'ਚ ਸੀਗੇ 2017 ਤੋਂ ਪਹਿਲਾਂ ਦੀ ਗੱਲ ਕਰਦਾ, ਉਦੋਂ ਕਾਂਗਰਸ ਪਾਰਟੀ ਕਹਿੰਦੀ ਸੀ ਕਿ 1 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਕਿਸਾਨ 'ਤੇ ਸਾਰਾ ਮਾਫ਼ ਕਰਾਂਗੇ, ਕੀਤਾ 4,700 ਕਰੋੜ ਰੁਪਈਆ, ਔਰ ਬਲਕਿ ਮੈਂ ਸਮਝਦਾ ਉਹਦੇ ਨਾਲ ਵੱਡੇ ਪੱਧਰ 'ਤੇ ਡਿਫਾਲਟਰ ਵੀ ਕਿਸਾਨਾਂ ਨੂੰ ਬਣਾ ਦਿੱਤਾ ਇਹਨਾਂ ਨੇ ਇਹਨਾਂ ਦੀ ਵਜ੍ਹਾ ਦੇ ਕਾਰਨ, ਔਰ ਕਿਸਾਨ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਦੇ ਟ੍ਰੈਪ 'ਚ ਆ ਗਿਆ, ਹੁਣ ਉਹ ਦੁਬਾਰਾ ਅਸੀਂ ਉਹਨੂੰ ਬਿਲਕੁਲ ਸਿਸਟਮ ਨੂੰ ਠੀਕ ਕਰਨ 'ਤੇ ਲੱਗੇ ਹੋਏ ਹਾਂ। ਸੋ ਬਿਲਕੁਲ ਸਾਰਾ ਕੁਝ ਜਿਹੜਾ ਹੈਗਾ ਉਹ FRBM ਐਕਟ, ਜਿਹੜਾ FRBM ਐਕਟ ਆ, ਜਿਹੜਾ ਗੌਰਮੈਂਟ ਆਫ ਇੰਡੀਆ ਦਾ ਐਕਟ ਬਣਾਇਆ ਗਿਆ ਹੈਗਾ, ਔਰ ਉਸ ਐਕਟ ਤੋਂ ਥੱਲੇ ਰਹਿ ਕੇ ਹਮੇਸ਼ਾ ਅਸੀਂ ਕਰਜ਼ੇ ਨੂੰ ਜਿਹੜਾ ਹੈਗਾ ਬੋਰੋਇੰਗ ਕਰਦੇ ਹਾਂਗੇ। ਔਰ ਦੂਸਰਾ ਜਿਹੜਾ
ਜੋ ਵਿਧਾਨ ਸਭਾ ਤੋਂ ਅਸੀਂ ਪਾਸ ਕਰਵਾਉਂਦੇ ਹਾਂ, ਜਿਸ ਦੇ ਅੰਦਰ ਕਾਂਗਰਸ ਪਾਰਟੀ ਦੇ ਵੀ ਵਿਧਾਇਕ ਨੇਗੇ, ਜਿਸ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਵੀ ਵਿਧਾਇਕ ਨੇ, ਬਹੁਜਨ ਸਮਾਜ ਪਾਰਟੀ ਦੇ ਵੀ ਵਿਧਾਇਕ ਨੇਗੇ, ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਜੋ ਅਸੀਂ ਪਾਸ ਕਰਵਾਉਂਦੇ ਹਾਂ ਬਜਟ ਦਾ, ਉਸ ਤੋਂ ਸਵਾਏ ਅਸੀਂ ਇੱਕ ਰੁਪਇਆ ਵੱਧ ਨਾ ਲੈਂਦੇ ਹਾਂ, ਨਾ ਲੈਣ ਦੀ ਕੋਈ ਮਨਸ਼ਾ। ਬਿਲਕੁਲ ਕੰਟਰੋਲ ਦੇ ਅੰਦਰ, ਬਿਲਕੁਲ ਕੰਟਰੋਲ ਦੇ ਅੰਦਰ ਜਿਹੜਾ ਹੈਗਾ ਸਿਸਟਮ ਲਿਆ ਜਾਂਦਾ ਹੈਗਾ। ਸੋ ਖਜ਼ਾਨਾ ਬਿਲਕੁਲ ਉਹਨੂੰ ਅਸੀਂ ਠੀਕ ਹੈਗਾ, ਤੰਦਰੁਸਤ ਕਰ ਰਹੇ ਹਾਂਗੇ। ਲੈਗੇਸੀ ਦੇ ਅੰਦਰ ਪੁਰਾਣੇ ਸਮੇਂ 'ਚ ਬੱਚਾ ਬੱਚਾ ਪੰਜਾਬ ਦਾ ਜਾਣਦਾ ਗਾ ਕਿ ਸਾਰੇ ਜਿਹੜੇ ਸਾਡੇ ਆਰਥਿਕ ਸੋਮੇ ਸੀਗੇ ਉਹਨਾਂ ਨੂੰ ਬੁਰੀ ਤਰ੍ਹਾਂ ਕੌਣ ਲੁੱਟਦਾ ਸੀਗਾ, ਕਾਂਗਰਸ ਪਾਰਟੀ ਦੇ ਲੋਕ, ਉਹਨਾਂ ਨੂੰ ਕੌਣ ਕਿਹਨੇ ਲੁੱਟਿਆ ਬੁਰੀ ਤਰ੍ਹਾਂ, ਅਕਾਲੀ ਦਲ ਬੀਜੇਪੀ ਦੇ ਲੋਕਾਂ ਨੇ। ਸੋ ਬਿਲਕੁਲ ਅਸੀਂ ਇਹਨੂੰ ਠੀਕ ਕਰਨ 'ਤੇ ਲੱਗੇ ਹੋਏ, ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਇਹਨੂੰ ਤਕੜਾ ਕਰਾਂਗੇ। ਤਾਂ ਹੀ 40,000 ਨੌਕਰੀਆਂ ਦਿੱਤੀਆਂ ਨੇ, 40,000 ਨੌਕਰੀਆਂ ਜੇ ਪੰਜਾਬ 'ਚ ਦਿੱਤੀਆਂ ਤਾਂ ਹੀ ਦਿੱਤੀਆਂ, ਕਿੰਨੀਆਂ ਹੋਰ ਨੌਕਰੀਆਂ ਦਿੱਤੀਆਂ ਜਾ ਸਕਦੀਆਂ। ਬਿਲਕੁਲ ਇਹ ਪ੍ਰਕਿਰਿਆ ਆਉਣ ਵਾਲੇ ਜਦ ਤੱਕ ਸਰਕਾਰ ਆਮ ਆਦਮੀ ਪਾਰਟੀ ਦੀ ਆ, ਪੰਜਾਬ 'ਚ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਦੇਣ ਦੀ ਪ੍ਰਕਿਰਿਆ ਜਿਹੜੀ ਉਹ ਲਗਾਤਾਰ ਜਾਰੀ ਹੋ ਰਹੀ ਹੈ। 12,000 ਤੋਂ ਉੱਪਰ ਅਧਿਆਪਕ ਸੀ ਜਿਹਨਾਂ ਦੀ ਤਨਖਾਹ ਕਾਂਗਰਸ ਪਾਰਟੀ ਦੇ ਸਮੇਂ, ਅਕਾਲੀ ਦਲ ਬੀਜੇਪੀ ਦੇ ਸਮੇਂ ਕਿੰਨੀ ਸੀ, 3,000 ਤੋਂ ਲੈ ਕੇ 6,000। ਅੱਜ ਉਹਨਾਂ ਅਧਿਆਪਕਾਂ ਦੀ ਜਿਨ੍ਹਾਂ ਨੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਗਾ, ਛੋਟੀ ਸਾਡੀ ਨਵੀਂ ਪਨੀਰੀ ਨੂੰ ਅੱਗੇ ਲੈ ਕੇ ਜਾਣਾ ਗਾ, ਅੱਜ ਉਹਨੂੰ ਤਨਖਾਹ ਅਸੀਂ 25,000 ਤੱਕ ਕੀਤੀ ਹੈਗੀ, ਕਿਸੇ ਦੀ 20,000 ਆ, ਕਿਸੇ ਦੀ 21 ਆ, ਕਿਸੇ ਦੀ 25,000 ਆ। ਤੋਂ ਐਡਾ ਵੱਡਾ ਜੰਪ ਕੀਤਾ ਸੀ ਉਹਨੂੰ, ਕਿਉਂ ਕਿ ਉਹਨਾਂ ਦਾ ਕੰਫੀਡੈਂਸ ਜਿਹੜਾ ਪੰਜਾਬ 'ਚ ਬਿਲਡ ਹੋਵੇ। ਅੱਜ ਇਸ ਦੇ ਨਾਲ ਸਾਡੀ ਮਰਾਟ ਸਾਹਿਬ ਬਹੁਤ ਵੱਡੀ ਗੱਲ ਆ ਜੀ, ਕਿ ਜਦੋਂ ਅਸੀਂ ਇਹ ਨੌਕਰੀਆਂ ਕੱਢੀਆਂ, ਜਦੋਂ ਅਸੀਂ ਅਧਿਆਪਕਾਂ ਦੀ ਤਨਖਾਹ ਵਧਾਈ, ਤਾਂ ਉਹਦੇ ਨਾਲ ਪੰਜਾਬ ਦੇ ਅੰਦਰ ਪੋਜ਼ਿਟਿਵ ਵੇਵ ਜਿਹੜੀਆਂ ਸੀ, ਪੋਜ਼ਿਟਿਵ ਮਾਹੌਲ ਸੀਗਾ, ਉਹ ਸਾਡੇ ਬੱਚਿਆਂ ਦੇ ਅੰਦਰ ਜਾਣਾ ਹੋਇਆ ਚਲਿਆ ਗਿਆ। ਸੋ ਅੱਜ ਜਿਹੜੀ ਬਾਹਰ ਜਾਣ ਦੀ ਪ੍ਰਕਿਰਿਆ ਉਹਦੇ ਅੰਦਰ 10-15% ਡਿਕਲਾਈਨ ਆਈ ਹੈ, ਕਿਉਂਕਿ ਸਾਡੀਆਂ ਯੂਨੀਵਰਸਿਟੀਆਂ ਦੇ ਅੰਦਰ, ਸਾਡੇ ਕਾਲਜਾਂ ਦੇ ਅੰਦਰ 10-15% ਐਡਮਿਸ਼ਨ ਜਿਹੜੀ ਆ ਪਲੱਸ 2 ਤੋਂ ਬਾਅਦ ਬੱਚਿਆਂ ਦੀ ਵੱਧ ਗਈ, 15% ਤੱਕ ਵੱਧ ਗਈ। ਸੋ ਅਗਲੇ ਤੱਕ ਹੋਰ ਵਧਾਵਾਂਗੇ, ਲਗਾਤਾਰ ਪ੍ਰਕਿਰਿਆ ਜਾਰੀ ਆ, ਕਿਤੇ 20% ਵੀ ਵਧੀਆ, ਕਿਤੇ 25 ਵਧੀਆ, ਪਰ ਮੈਂ ਓਵਰਆਲ ਐਵਰੇਜ ਗੱਲ ਕਰ ਰਿਹਾ ਕਿ 15% ਜਿਹੜੀ ਆ ਉਹ ਵੱਧ ਚੁੱਕੀ ਆ। ਇਹ ਬਹੁਤ ਵੱਡਾ ਇੱਕ ਮੈਂ ਸਮਝਦਾ ਪੰਜਾਬ ਸਰਕਾਰ ਦਾ ਪ੍ਰੋਗਰੈਸਿਵ ਸਟੈਪ ਆ ਗਿਆ। ਜਦ ਤੱਕ ਮਾਹੌਲ ਨਹੀਂ ਹੋਊਗਾ ਤਾਂ ਮੈਂ ਸਮਝਦਾ ਸਟੇਟ ਤਰੱਕੀ ਨਹੀਂ ਕਰ ਸਕਦਾ। ਪਿਛਲੀ ਸਰਕਾਰ ਨੇ ਮਾਹੌਲ ਕੀ ਸੀ, ਖਜ਼ਾਨਾ ਖਾਲੀ ਆ ਜੀ, ਬਰਬਾਦ ਹੋ ਗਏ ਜੀ, ਕੰਮ ਕੋਈ ਕਰਨਾ ਨਹੀਂ, ਸ਼ੇਰਾਂ ਨੇ ਗਾ ਕੇ ਕੀ ਖਜ਼ਾਨਾ ਫ੍ਰੀ ਬੀਜ ਚੁੜਾਇਆ ਜਾ ਰਿਹਾ ਲੋਕਾਂ ਨੂੰ ਮੁਫਤ ਸਹੂਲਤਾਂ ਤੇ, ਤੁਹਾਡੀ ਸਰਕਾਰ ਆਪਦੀ ਵੋਟ ਬੈਂਕ ਦੇ ਲਈ ਗਰੰਟੀਆਂ ਕਹਿ ਕੇ ਮੁਫਤ ਸਹੂਲਤਾਂ ਤੇ ਲਾ ਰਹੀ ਹੈ। ਦੇਖੋ ਜਦੋਂ ਪੰਜਾਬ ਦੀ ਇਲੈਕਸ਼ਨ ਹੋ ਰਹੀ ਸੀ ਜਾਂ ਦੇਸ਼ ਦੀ ਇਲੈਕਸ਼ਨ ਹੁੰਦੀ ਆ, ਸਾਰੀਆਂ ਪਾਰਟੀਆਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਨੇ ਜੀ। ਕਾਂਗਰਸ ਪਾਰਟੀ ਨੇ ਕੀਤਾ ਸੀ, ਨਹੀਂ ਕੀਤਾ, ਸਾਰੀਆਂ ਕਰਦੀਆਂ। ਸੋ ਅਸੀਂ ਜਿੰਨੀਆਂ ਵਾਅਦੇ, ਸਾਡੇ ਆਮ ਆਦਮੀ ਪਾਰਟੀ ਇਸੇ ਗੱਲ ਲਈ ਜਾਣੀ ਜਾਂਦੇ ਦੇਸ਼ ਦੇ ਅੰਦਰ, ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ, ਜਿੰਨੀਆਂ ਗਰੰਟੀਆਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਿੰਦੇ ਨੇਗੇ, ਉਹ ਸਾਰੀਆਂ ਗਰੰਟੀਆਂ ਅਸੀਂ ਟਾਈਮਲੀ ਪੂਰੀਆਂ ਕਰਦੇ ਹਾਂ। ਨਹੀਂ ਤਾਂ ਇਹੀ ਵਾਅਦਾ ਸੀ, ਫ੍ਰੀ ਜਿਹੜੀ ਇਲੈਕਟ੍ਰਿਸਿਟੀ ਦੇਣ ਦਾ ਵਾਅਦਾ ਸੀ ਸਾਡਾ 300 ਯੂਨਿਟ ਦੇਣ ਦਾ, ਉਹ ਚੌਥੇ ਸਾਲ ਵੀ ਕਰ ਦਿੰਦੇ ਪੂਰਾ, ਉਹ ਤੀਜੇ ਸਾਲ ਵੀ ਪੂਰਾ ਕਰਦੇ। ਅਸੀਂ ਪਹਿਲਾਂ ਕੀਤਾ, ਇਸੇ ਤਰ੍ਹਾਂ ਫ੍ਰੀ ਐਜੂਕੇਸ਼ਨ ਦਾ ਵਾਅਦਾ ਸੀਗਾ, ਸਕੂਲ ਆਫ ਐਮੀਨੈਂਸ ਉਹ ਬਣਨੇ ਸਟਾਰਟ ਹੋ ਗਏ, ਮਹੱਲਾ ਕਲੀਨਿਕ ਪੰਜਾਬ 'ਚ ਲਗਭਗ 800 ਤੋਂ ਉੱਪਰ ਮਹੱਲਾ ਕਲੀਨਿਕ ਪੰਜਾਬ 'ਚ ਕੰਮ ਕਰ ਰਹੇ, ਸਾਰੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਗਈ। ਬਹੁਤ ਇਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਸੀਗਾ। ਸੋ ਜੋ ਸੁਪਨਾ ਰੰਗਲਾ ਪੰਜਾਬ ਬਣਾਉਣ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਉਹਦੇ ਵੱਲ ਪੰਜਾਬ ਦੇ ਕਦਮ ਤੇਜ਼ੀ ਨਾਲ ਵਧ ਰਹੇ ਨੇ। ਇੱਕ ਇੰਪਲੋਈ ਇੰਤਜ਼ਾਰ ਕਰ ਰਹੇ ਓਲਡ ਪੈਨਸ਼ਨ ਸਕੀਮ ਦਾ, ਫੋਰਮੂਲਾ ਹੈ, ਕਿਉਂਕਿ ਕੱਲ ਵੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਗੱਲ ਕਰਾਂਗੇ, ਕੇਂਦਰ ਕੋਲ 15,000 ਕਰੋੜ ਦੇ ਕਰੀਬ ਬਕਾਇਆ ਪਿਆ ਹੋਇਆ, ਮੈਂ ਖੁਦ ਮਿਲਣ ਜਾਊਂਗਾ। ਲੇਕਿਨ ਇਹ ਫੋਰਮੂਲਾ ਕੀ ਹੈ, ਕਿਉਂਕਿ ਨੋਟੀਫਿਕੇਸ਼ਨ ਤਕਰੀਬਨ 1 ਸਾਲ ਪਹਿਲਾਂ ਜਾਰੀ ਹੋਇਆ ਸੀ, ਲੇਕਿਨ ਓਲਡ ਪੈਨਸ਼ਨ ਸਕੀਮ ਲਾਗੂ ਨਹੀਂ ਹੋ ਸਕੀ। ਦੇਖੋ, ਦੋ ਕਮੇਟੀਆਂ ਜਿਹੜੀਆਂ ਨੇਗੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੀਆਂ ਬਣਾਈਆਂ ਨੇ, ਇੱਕ ਮੇਰੀ
ਇੱਕ ਦੀ ਅਗਵਾਈ ਮੈਂ ਕਰ ਰਿਹਾ, ਦੂਜੇ ਦੀ ਅਗਵਾਈ ਮਾਨਯੋਗ ਸਾਡੇ CS ਸਾਹਿਬ ਚੀਫ ਸੈਕਟਰੀ ਸਾਹਿਬ ਕਰ ਰਹੇ ਨੇਗੇ। ਬਹੁਤ ਸਾਰੀਆਂ ਮੀਟਿੰਗਾਂ ਦਾ ਦੌਰ ਜਿਹੜਾ ਉਹ ਹੋਇਆ ਗਾ, ਬਹੁਤ ਸਾਰੇ ਅਸੀਂ ਸਟੱਡੀ ਜਿਹੜੀ ਅਦਰ ਸਟੇਟਸ 'ਤੇ ਵੀ ਕੀਤੀ ਆ, ਕਿਉਂਕਿ ਰਾਜਸਥਾਨ ਨੇ ਵੀ ਲਾਗੂ ਕੀਤੀ ਸੀਗੀ ਜੀ ਜੀ, ਪੁਰਾਣੇ ਜਿਹੜੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਅਸ਼ੋਕ ਗਹਿਲੋਤ ਹੋਰਾਂ ਨੇ ਕੀਤੀ ਸੀ ਜੀ, ਇਸੇ ਤਰ੍ਹਾਂ ਹਿਮਾਚਲ ਨੇ ਵੀ, ਛੱਤੀਸਗੜ੍ਹ ਨੇ ਵੀ, ਸਾਰੇ ਕਾਫੀ ਸਾਰੇ ਸੂਬਿਆਂ ਨੇ ਲਾਗੂ, ਉਹ ਸਾਰੀ ਸਟੱਡੀ ਕੀਤੀ ਆ, ਔਰ ਗੌਰਮੈਂਟ ਆਫ ਇੰਡੀਆ ਵੀ, ਜਿੰਨਾ ਕੁ ਮੈਨੂੰ ਪਤਾ ਗਾ ਕਿ ਗੌਰਮੈਂਟ ਆਫ ਇੰਡੀਆ ਵੀ ਇੱਥੇ ਸਟੱਡੀ ਕਰ ਰਿਹਾ। ਸੋ ਬਿਲਕੁਲ ਇਹ ਸਾਡਾ ਵਾਅਦਾ ਸੀਗਾ, ਇੱਥੇ ਸਟੱਡੀ ਹੋ ਰਹੀ ਆ, ਅੱਛੇ ਤੋਂ ਅੱਛਾ ਮਾਡਲ ਜਿਹੜਾ ਗਾ ਅਸੀਂ ਉਹ ਲਾਗੂ ਕਰਾਂਗੇ, ਤਾਂ ਕਿ ਪੰਜਾਬ ਦੇ ਅੰਦਰ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਸੀ ਵਾਅਦਾ ਪੂਰਾ ਵੀ ਹੋ ਸਕੇ। ਔਰ ਇਹਦੇ ਨਾਲ ਹੀ ਤੁਸੀਂ ਗੱਲ ਕੀਤੀ ਆ, ਉਹ ਲਗਭਗ 18,000 ਕਰੋੜ ਤੋਂ ਉੱਪਰ ਹੁਣ ਤੱਕ, ਕਿਉਂਕਿ ਲਗਾਤਾਰ ਵੱਧ ਰਿਹਾ ਗਾ, ਉਹ ਵਧੀ ਜਾ ਰਿਹਾ ਪੈਸਾ, ਉਹ ਗੌਰਮੈਂਟ ਆਫ ਇੰਡੀਆ ਕੋਲ ਪਿਆ ਗਾ। ਕੇਂਦਰ ਸਰਕਾਰ ਨੇ ਇਹੀ ਪੈਸਾ ਜਿਹੜਾ ਹੈ ਰਾਜਸਥਾਨ ਦਾ ਰੋਕ ਲਿਆ ਸੀ, ਛੱਤੀਸਗੜ੍ਹ ਦਾ ਰੋਕ ਲਿਆ ਸੀ, ਉਹਨਾਂ ਦੀ ਇਕਾਨਮੀ ਜਿਹੜੀ ਆ ਉਹ ਲਗਭਗ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਗਈ ਸੀ। ਸੋ ਅਸੀਂ ਨਹੀਂ ਚਾਹੁੰਦੇ ਕਿ ਸੂਬੇ ਦੇ ਇਸ ਸੂਬੇ ਦੇ ਉੱਤੇ ਇੰਨਾ ਕਰਜ਼ਾ ਵੇ, ਇਹਨੂੰ ਅਸੀਂ ਹੋਰ ਕਿਸੇ ਗਲਤ ਡਾਇਰੈਕਸ਼ਨ 'ਚ ਲੈ ਜਾਈਏ। ਸੋ ਇਸ ਗੱਲ ਕਰਕੇ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇਹ ਵਾਅਦਾ ਸਾਡਾ ਅਸੀਂ ਪੂਰਾ ਕਰਾਂਗੇ, ਪਰ ਲੇਕਿਨ ਇਹਨੂੰ ਇਸ ਪਲਾਨ ਹੈ, ਬਿਲਕੁਲ ਇਸਦੇ ਫਾਰਮੂਲਾ ਤਿਆਰ ਹੋ ਰਿਹਾ ਹੈਗਾ, ਸਾਡੇ ਅਫਸਰ ਸਾਹਿਬਾਨ ਲੱਗੇ ਹੋਏ ਨੇ, ਸਾਡੀ ਕਮੇਟੀ ਵੀ ਲੱਗੀ ਹੋਈ ਹੈਗੀ ਹੈ। ਸੋ ਇਹ ਜੇ ਜਿਹੜੀ ਸਕੀਮ ਆ, ਤੁਸੀਂ ਖੁਦ ਹੀ ਜ਼ਿਕਰ ਕਰ ਲਿਆ, ਤੁਸੀਂ ਕੇਂਦਰ ਸਰਕਾਰ ਵਾਲਾ ਖੁਦ ਹੀ ਜ਼ਿਕਰ ਕਰ ਲਿਆ, ਮੈਂ ਇਹ ਸਵਾਲ ਪੁੱਛਣਾ ਚਾਹ ਰਿਹਾ ਸੀ। ਕਈ ਵਾਰੀ ਇਸ ਚੀਜ਼